ਅਸੀਂ ਤਾਂ ਥੋੜ੍ਹਾ ਜਿਹਾ ਤੁਹਾਨੂੰ ਲੇਟ ਹੋ ਗਏ ਵੋਟ ਪਾਉਣ 'ਤੇ। ਜਿਹੜੇ ਮਤਲਬ ਸਾਡੇ ਵਰਕਰ ਆ ਉਹ ਪਹਿਲਾਂ ਤਾਂ ਮਤਲਬ ਕਿ ਜਿਹੜੇ ਦੂਸਰੇ ਬੂਥਾਂ 'ਤੇ ਜਾ ਰਹੇ ਸੀ, ਅਤੇ ਮੈਂ ਮੂਹਰੇ ਬਾਹਰ ਜਦੋਂ ਨਿਕਲਣ ਲੱਗਾ ਅਤੇ ਉਹਨਾਂ ਨੇ ਮੈਨੂੰ ਪਹਿਲਾਂ ਸਵਾਲ ਕੀਤਾ ਕਿ ਭਾਅ ਜੀ ਤੁਸੀਂ ਵੋਟ ਪਾਏ ਆ, ਅਤੇ ਮੈਂ ਕਿਹਾ ਅਸੀਂ ਜਾ ਰਹੇ। ਕਹਿੰਦੇ ਅਸੀਂ ਪਾ ਕੇ ਆ ਗਏ ਹਾਂ। ਮਤਲਬ ਕਿ ਵਧੀਆ ਲੱਗਾ ਵੀ ਮੈਨੂੰ ਮੇਰੇ ਨਾਲ ਲੋਕਾਂ ਦਾ ਜਿਹੜਾ ਉਤਸ਼ਾਹ ਆ ਬਹੁਤ ਜ਼ਿਆਦਾ ਆ ਮੈਨੂੰ। ਬੜਾ ਸੋਹਣਾ ਉਪਰਾਲਾ ਕੀਤਾ ਹੋਇਆ, ਅੱਜ ਗਰਮੀ ਤਾਂ ਹੈਗੀ ਨਾਲ ਬੂਟਾ ਦਿੱਤਾ ਜਾ ਰਿਹਾ, ਕਿੱਦਾਂ ਦੇਖਦੇ ਤੁਸੀਂ? ਦੇਖੋ ਬਹੁਤ ਵਧੀਆ ਗੱਲ ਹੈ, ਜਿਹੜੀ ਬੂਟੇ ਅਸੀਂ ਕਹਿੰਦੇ ਹਾਂ ਵੀ ਜਿਹੜੇ ਹੈਗਾ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਮਤਲਬ ਘੱਟ ਤੋਂ ਘੱਟ ਨਹੀਂ ਤਾਂ 100 ਦਿਨ ਕਰੀਬ ਬੂਟਾ ਲਾਉਣਾ ਚਾਹੀਦਾ। ਮੇਰੀ ਇਹ ਬਹੁਤ ਇਸ ਚੀਜ਼ ਦੇ ਵਿੱਚ ਪਹਿਲੇ ਹੀ ਤਵੱਜਾ ਆ। ਮੈਂ ਮਤਲਬ ਇਸ ਚੀਜ਼ 'ਚ ਬਹੁਤ ਵਧੀਆ ਮਤਲਬ ਪਹਿਲਾਂ ਹੀ ਕੰਮ ਕਰਦਾ ਹਾਂ ਮੈਂ ਬੂਟੇ ਲਾਉਣ ਦਾ। ਜਿਹੜਾ ਕੰਮ ਮਤਲਬ ਆਪਣੀ ਲਾਈਫ ਦੇ ਵਿੱਚ ਘੱਟ ਤੋਂ ਘੱਟ ਨਹੀਂ ਤਾਂ ਮੈਂ 500 ਦੇ ਲਮਸਮ ਬੂਟਾ ਪਹਿਲਾਂ ਹੀ ਲਾ ਚੁੱਕਾ ਹਾਂ। ਗੱਲ ਕਰੀਏ ਅਕਾਲੀ ਦਲ ਨੇ ਸਪੋਰਟ ਦੀ ਗੱਲ ਕੀਤੀ, ਪਰ ਬਾਦਲ ਸਾਹਿਬ ਚਲੋ ਨਜ਼ਰ ਨਹੀਂ ਆਇਆ, ਕਿੱਦਾਂ ਦੀ ਸਪੋਰਟ ਮਿਲੀ ਹੈ ਅਕਾਲੀ ਦਲ? ਦੇਖੋ ਅਕਾਲੀ ਦਲ ਦੀ ਜਿਹੜੀ ਸਪੋਰਟ ਆ ਸਾਨੂੰ ਬਹੁਤ ਵਧੀਆ ਮਿਲੀ ਆ। ਜਿਹੜਾ ਵਰਕਰ ਸੀ ਉਹਨਾਂ ਦਾ, ਜਿਹੜਾ ਜ਼ਿਲ੍ਹੇ ਦੇ ਲੈਵਲ ਦੇ ਵਰਕਰ ਆ, ਔਰ ਪੂਰਾ ਦਾ ਪੂਰਾ ਵਰਕਰ ਸਾਡੇ ਨਾਲ ਡਟਿਆ ਰਿਹਾ। ਉਹਨਾਂ ਦੇ ਜਿਹੜੇ ਸ਼ਹਿਰ ਦੇ ਪ੍ਰਧਾਨ ਮੰਨਣ ਜੀ, ਮਤਲਬ ਕੁਲਵੰਤ ਸਿੰਘ ਮੰਨਣ ਜੀ, SCPC ਦੇ ਮੈਂਬਰ ਵੀ ਆ, ਉਹਨਾਂ ਦੇ ਨਾਲ ਉਹਨਾਂ ਨੇ ਸਾਡੇ ਨਾਲ ਮਤਲਬ ਦਿਨ ਨਹੀਂ ਦੇਖਿਆ, ਰਾਤ ਨਹੀਂ ਦੇਖਿਆ, ਬਹੁਤ ਵਧੀਆ ਮਤਲਬ ਸਾਡੇ ਦੇ ਨਾਲ ਚੱਲਿਆ। ਸਾਡੀ ਪੂਰੀ ਟੀਮ ਉਹਨਾਂ ਦੀ ਜਿਹੜੀ ਟੀਮ ਵਰਕ ਬਹੁਤ ਵਧੀਆ ਕੀਤਾ। ਦੇਖੋ ਜਦੋਂ ਅਕਾਲੀ ਦਲ ਦੀ ਸ਼ਹਿਰੀ ਟੀਮ ਜਦੋਂ ਸਾਡੇ ਨਾਲ ਚੱਲ ਰਹੀ ਜਿਹੜੀ ਜਿਹੜੀ ਇਸ ਏਰੀਏ ਦੀ ਆ, ਔਰ ਦੇਖੋ ਮਤਲਬ ਪਾਰਟੀ ਦੇ ਆਦੇਸ਼ 'ਤੇ ਹੀ ਚੱਲੀ ਹੈ ਨਾ, ਜੇ ਪਾਰਟੀ ਨੇ ਕਿਹਾ ਤਾਂ ਤਦੇ ਚੱਲੀ ਆ। ਕੰਪੀਟੀਸ਼ਨ ਜਿਹੜਾ ਹੈਗਾ ਆ ਉਹ ਤਾਂ ਹੁਣ 13 ਤਰੀਕ ਨੂੰ ਪਤਾ ਲੱਗੂਗਾ ਜੀ, ਕਿਹੜਾ ਸਾਡੇ ਮੁਕਾਬਲੇ ਜਾਂ ਕਿਹੜਾ ਕਿੱਥੇ ਆ। ਠੀਕ ਹੈ ਜੀ।